ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਨਦੀਪ ਕੌਰ ਜੀ ਆਪਾਂ ਨੂੰ ਕਮੈਂਟ ਕਰਦੇ ਨੇ ਵੀਰ ਜੀ ਮੇਰਾ ਅੰਮ੍ਰਿਤ ਵੇਲਾ ਛੁੱਟ ਗਿਆ ਮੈਂ ਕੀ ਕਰਾਂ ਬਹੁਤ ਦੁਖੀ ਹਾਂ ਬੀਬੀ ਜੀ ਨੇ ਆਪਾਂ ਨੂੰ ਕਮੈਂਟ ਕੀਤਾ ਹੈ ਤੇ ਪੁੱਛਿਆ ਹੈ ਕਿ ਉਹਨਾਂ ਦਾ ਅੰਮ੍ਰਿਤ ਵੇਲਾ ਛੁੱਟ ਗਿਆ ਹੈ ਪਹਿਲਾਂ ਉਹ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਾਮ ਸਿਮਰਨ ਜਾਂ ਗੁਰਬਾਣੀ ਪੜ੍ਹਦੇ ਸਨ ਪਰ ਕਾਲ ਨੇ ਐਸਾ ਜੋਰ ਪਾਇਆ ਕਿ ਅੰਮ੍ਰਿਤ ਵੇਲਾ ਛੁੱਟ ਗਿਆ ਹੈ ਵਾਹਿ ਗੁਰੂ ਜੀ ਅਸੀਂ ਇਸ ਖੇਡ ਨੂੰ ਸਮਝ ਕੇ ਚੱਲਣਾ ਹੈ ਇਹ ਜੋ ਖੇਡ ਚੱਲਦਾ ਹੈ ਇਹ ਵਿਚਾਰਾਂ ਦਾ ਖੇਡ ਚੱਲਦਾ ਹੈ ਜਦੋਂ ਅਸੀਂ ਇਸ ਲੋਕ ਦੇ ਵਿੱਚ ਆ ਜਾਂਦੇ ਹਾਂ ਸਵੇਰ ਨੂੰ ਉੱਠ ਕੇ ਇੱਥੇ ਵਿਚਾਰਾਂ ਦਾ ਖੇਡ ਚੱਲਦਾ ਹੈ ਤੇ ਵਿਚਾਰ ਸਾਨੂੰ ਪੰਜ ਦਿੰਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਨੂੰ ਅਜਿਹੇ ਵਿਚਾਰ ਹੀ ਆਉਣਗੇ ਤੇ ਸਾਡੇ ਅੰਦਰ ਉਹਨਾਂ ਨੇ ਇਹ ਵੀ ਭਰਮ ਪਾਇਆ ਹੈ ਕਿ ਜੋ ਅਸੀਂ ਮਾਲਕ ਦੀ ਬੰਦਗੀ ਕਰਨੀ ਹੈ ਉਹ ਅਸੀਂ ਸਿਰਫ ਸਵੇਰ ਨੂੰ ਹੀ ਕਰ ਸਕਦੇ ਹਾਂ ਵਾਹਿਗੁਰੂ ਜੀ ਇੱਕ ਵਾਰ ਸਾਡੇ ਅੰਦਰ ਨਾਮ ਚੱਲ ਪਵੇ ਉਹ ਸ਼ਬਦ ਚੱਲ ਪਣ ਚਾਹੇ ਦਿਨ ਹੋਵੇ ਰਾਤ ਹੋਵੇ ਦੁਪਹਿਰ ਹੋਵੇ ਅਸੀਂ ਘਰ ਵਿੱਚ ਹੋਈਏ ਜਾਂ ਬਾਹਰ ਕਿਤੇ ਹੋਈਏ ਗੁਰਮੁਖ ਪਿਆਰੇ ਦਾ ਇਹ ਵੀ ਦੱਸਦੇ ਹਨ ਕਿ ਜੇ ਅਸਮਾਨ ਤੇ ਵੀ ਹੋਈਏ ਤਾਂ ਵੀ ਉਸ ਮਾਲਕ ਦੀ ਆਵਾਜ਼ ਨੂੰ ਸੁਣ ਕੇ ਆਪਣੀ ਭਗਤੀ ਨੂੰ ਅਸੀਂ ਉਸੇ ਵੇਲੇ ਸ਼ੁਰੂ ਕਰ ਸਕਦੇ ਹਾਂ ਸੋ ਅਸੀਂ ਵੀ ਇਸ ਅਵਸਥਾ ਤੇ ਪਹੁੰਚਣਾ ਹੈ ਜੇ ਅੰਮ੍ਰਿਤ ਵੇਲਾ ਛੁੱਟ ਗਿਆ ਹੈ ਨਹੀਂ ਉਠਿਆ ਜਾਂਦਾ ਅੱਜ ਤੁਹਾਨੂੰ ਇੱਕ ਤਰੀਕਾ ਵੀ ਦੱਸਾਂਗੇ ਕਿ ਅਮਰਤ ਵੇਲੇ ਅਸੀਂ ਕਿਵੇਂ ਉੱਠ ਸਕਦੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਵਿਚਾਰ ਇਹ ਕਰਦੇ ਹਾਂ ਕਿ ਜੇ ਅਮਰਤ ਵੇਲਾ ਸਾਡੇ ਕੋਲ ਨਹੀਂ ਸਾਂਭਿਆ ਜਾਂਦਾ ਅਸੀਂ ਦਿਨ ਵਿੱਚ ਕਿਵੇਂ ਵਿਚਰਨਾ ਹੈ ਵਾਹਿਗੁਰੂ ਜੀ ਅਸੀਂ ਸਵੇਰ ਨੂੰ ਉੱਠ ਜਾਂਦੇ ਹਾਂ ਚਲੋ ਕੋਈ ਗੱਲ ਨਹੀਂ ਜੇ ਅਸੀਂ ਲੇਟ ਉੱਠਦੇ ਹਾਂ ਉੱਠ ਜਾਂਦੇ ਹਾਂ ਆਪਣਾ ਇਸ਼ਨਾਨ ਪਾਣੀ ਕਰਕੇ ਅਸੀਂ ਆਪਣਾ ਕੰਮਕਾਰ ਕਰਦੇ ਹਾਂ ਕੰਮਕਾਰ ਕਰਨ ਤੋਂ ਬਾਅਦ ਸਾਨੂੰ ਦਿਨ ਦੇ ਸਮੇਂ ਦੇ ਵਿੱਚ ਕੋਈ ਅਜੀਹਾ ਸਮਾਂ ਜਦੋਂ ਮਿਲੇਗਾ ਜਿੱਥੇ ਅਸੀਂ 1 ਘੰਟਾ ਜਾਂ 2 ਘੰਟਾ ਬਿਲੇ ਹਾਂ ਉੱਥੇ ਅਸੀਂ ਹੋਰ ਸਭ ਕੁਝ ਛੱਡ ਕੇ ਆਸਣ ਲਾ ਕੇ ਆਪਣਾ ਨਾਮ ਸਿਮਰਨ ਕਰਨਾ ਹੈ ਜਿਉਂ-ਜਿਉਂ ਇਹ ਅਸੀਂ ਨਾਮ ਸਿਮਰਨ ਕਰਾਂਗੇ ਸਾਡੇ ਅੰਦਰ ਵਿਚਾਰਾਂ ਦੀ ਕਮੀ ਆਵੇਗੀ ਜੋ ਸਾਡੇ ਅੰਦਰ ਵਿਚਾਰ ਚੱਲਦੇ ਨੇ ਬਹੁਤ ਜ਼ਿਆਦਾ ਤਿੱਬਰ ਗਤੀ ਵਿੱਚ ਇਹਨਾਂ ਦੇ ਵਿੱਚ ਕਮੀ ਆਵੇਗੀ ਅਸੀਂ ਸਹਜ ਵਿੱਚ ਵਿਚਰਾਂਗੇ ਫਿਰ ਸਾਨੂੰ ਸਮਝ ਲੱਗੇਗਾ ਕਿ ਅਸੀਂ ਆਪਣਾ ਜੋ ਦਿਨ ਦਾ ਸਮਾਂ ਹੈ ਉਹਨੂੰ ਕਿਸ ਤਰ੍ਹਾਂ ਬਤੀਤ ਕਰਨਾ ਹੈ ਇੱਕ ਜੋ ਨਾਮ ਅਭਿਆਸੀ ਹੁੰਦਾ ਹੈ ਸਿਮਰਨ ਦਾ ਅਭਿਆਸ ਕਰਦਾ ਹੈ ਉਹ ਫਾਲਤੂ ਦੇ ਵਿਚਾਰਾਂ ਨੂੰ ਛੱਡ ਦਿੰਦਾ ਹੈ ਜੋ ਲੋਕ ਉਸ ਨੂੰ ਦੁਖੀ ਕਰਦੇ ਨੇ ਪਰੇਸ਼ਾਨ ਕਰਦੇ ਨੇ ਉਹਨਾਂ ਦਾ ਵੀ ਉਹ ਸੰਗ ਛੱਡ ਦਿੰਦਾ ਹੈ ਉਹ ਕਿਹਨਾਂ ਦੀ ਖੋਜ ਕਰਦਾ ਹੈ ਗੁਰਮੁਖਾਂ ਦੀ ਖੋਜ ਕਰਦਾ ਹੈ ਸੋ ਜਿਵੇਂ ਜਿਵੇਂ ਅਸੀਂ ਸਹਿਜ ਵਿੱਚ ਵਿਚਰਾਂਗੇ ਸਾਨੂੰ ਸਹੀ ਅਤੇ ਗਲਤ ਦਾ ਪਤਾ ਲੱਗੇਗਾ ਜਦੋਂ ਸਾਨੂੰ ਸਹੀ ਅਤੇ ਗਲਤ ਦਾ ਪਤਾ ਲੱਗੇਗਾ ਫਿਰ ਜਦੋਂ ਅਸੀਂ ਰਾਤ ਨੂੰ ਸੌਣਾ ਹੈ ਤਾਂ ਅਸੀਂ ਬਾਕੀ ਸਾਰੇ ਕੰਮ ਛੱਡ ਕੇ ਰਾਤ ਨੂੰ ਜਲਦੀ ਸੌ ਜਾਵਾਂਗੇ ਜਦੋਂ ਰਾਤ ਨੂੰ ਜਲਦੀ ਸੌ ਜਾਵਾਂਗੇ ਤਾਂ ਸਵੇਰ ਨੂੰ ਸਾਨੂੰ ਆਪਣੇ ਆਪ ਜਾਗ ਆਵੇਗੀ। ਕਈ ਵਾਰ ਸਾਡੇ ਕੋਲੋਂ ਸਵੇਰ ਨੂੰ ਉੱਠਿਆ ਨਹੀਂ ਜਾਂਦਾ। ਤੇ ਜੇ ਸਾਡੇ ਕੋਲੋਂ ਸਵੇਰ ਨੂੰ ਨਹੀਂ ਉੱਠਿਆ ਜਾਂਦਾ ਤਾਂ ਅਸੀਂ ਦਿਨ ਦੇ ਸਮੇਂ ਲਾਹਾ ਲੈਣਾ ਹੁੰਦਾ ਹੈ। ਸੰਗਤ ਕਰਨੀ ਗੁਰਮਖਾਂ ਦੀ ਤੇ ਆਪਣਾ ਸਿਮਰਨ ਅਭਿਆਸ ਪਰਸਨਲੀ ਕਰਨਾ ਹੈ। ਘੰਟਾ, ਡੇਢ ਘੰਟਾ, 2 ਘੰਟੇ ਬੈਠ ਕੇ ਜਿੰਨਾ ਵੀ ਅਸੀਂ ਕਰ ਸਕਦੇ ਹਾਂ। ਇਸ ਮਨ ਨੂੰ ਅਸੀਂ ਵਿਚਾਰ ਰਹਿਤ ਕਰਨਾ ਹੈ। ਸਹਿਜ ਵਿੱਚ ਰਹਿਣਾ ਹੈ। ਜਿੰਨਾ ਅਸੀਂ ਸਹਿਜ ਵਿੱਚ ਰਵਾਂਗੇ ਮਨ ਸਾਡਾ ਸਹਿਜ ਧਾਰੀ ਰਹੇਗਾ ਤਾਂ ਇਸ ਨੂੰ ਉਹ ਸ਼ਬਦ ਸੁਣਾਈ ਦਿੰਦੇ ਨੇ ਮਾਲਕ ਕਿਰਪਾ ਕਰਦੇ ਨੇ ਮਨ ਦੀ ਉੱਥੇ ਤੱਕ ਅਵਸਥਾ ਬਣ ਜਾਂਦੀ ਹੈ ਜਿੱਥੇ ਉਹ ਸ਼ਬਦ ਨਿਰੰਤਰ ਚੱਲਦੇ ਨੇ ਫਿਰ ਅਸੀਂ ਰਸਨਾ ਤੋਂ ਸਿਮਰਨ ਨੂੰ ਘਟਾ ਕੇ ਉਹਨਾਂ ਸ਼ਬਦਾਂ ਦੇ ਉੱਤੇ ਮਿਹਨਤ ਕਰਨੀ ਹੈ ਸੇਵਾ ਕਰਨੀ ਹੈ ਉਹਨਾਂ ਸ਼ਬਦਾਂ ਦੀ ਇਹ ਤਾਂ ਹੋ ਗਿਆ ਜੀ ਦਿਨ ਦੇ ਸਮੇਂ ਹੁਣ ਜੇ ਅਸੀਂ ਅੰਮ੍ਰਿਤ ਵੇਲੇ ਦਾ ਹੀ ਲਾਹਾ ਲੈਣਾ ਚਾਹੁੰਦੇ ਹਾਂ ਬਹੁਤੇ ਜੀਵ ਹੁੰਦੇ ਨੇ ਜੋ ਦਿਨ ਦੇ ਸਮੇਂ ਜ਼ਿਆਦਾਤਰ ਬਿਜ਼ੀ ਰਹਿੰਦੇ ਨੇ ਉਹਨਾਂ ਦੇ ਕੰਮ ਕਾਰ ਹੀ ਅਜਿਹੇ ਹੁੰਦੇ ਨੇ ਰਾਤ ਨੂੰ ਅਸੀਂ ਇੱਕ ਤਾਂ ਹਲਕਾ ਖਾਣਾ ਖਾਣਾ ਹੈ ਅਤੇ ਜਲਦੀ ਸੋਣਾ ਹੈ ਸਵੇਰ ਨੂੰ ਸਾਨੂੰ ਆਪਣੇ ਆਪ ਜਾਗ ਆਵੇਗੀ ਜਦੋਂ ਸਵੇਰ ਨੂੰ ਸਾਨੂੰ ਜਾਗ ਆਵੇਗੀ ਜਾਂ ਤਾਂ ਅਸੀਂ ਸ਼ਬਦ ਸੁਣਨੇ ਨੇ ਜੇ ਸਾਨੂੰ ਸ਼ਬਦ ਪ੍ਰਗਟ ਨੇ ਜੇ ਉਹ ਸ਼ਬਦ ਸਾਨੂੰ ਨਹੀਂ ਸੁਣਦੇ ਤਾਂ ਅਸੀਂ ਉਸੇ ਵੇਲੇ ਰਚਨਾ ਤੋਂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇੰਜ ਨਾਮ ਜਪਦੇ ਜਪਦੇ ਮੰਜੇ ਤੋਂ ਉੱਠ ਜਾਣਾ ਹੈ ਉੱਠ ਕੇ ਬੈਠ ਜਾਣਾ ਹੈ ਤੇ ਉਸੇ ਸਮੇ ਅਸੀਂ ਸਿਮਰਨ ਸ਼ੁਰੂ ਕਰ ਦੇਣਾ ਹੈ ਮੂੰਹ ਨਹੀਂ ਧੋਣਾ ਹੱਥ ਨਹੀਂ ਧੋਣੇ ਅਸੀਂ ਆਪਣਾ ਸਿਮਰਨ ਜਾਰੀ ਰੱਖਣਾ ਹੈ ਜਿੰਨਾ ਸਮਾਂ ਵੀ ਅਸੀਂ ਸਿਮਰਨ ਕਰ ਸਕਦੇ ਹਾਂ ਉਥੇ ਬੈਠ ਕੇ ਤਾਂ ਬੈਠ ਕੇ ਸਿਮਰਨ ਕਰਨਾ ਹੈ ਬੋਲ ਕੇ ਕਰਨਾ ਹੈ ਜਿਆਦਾ ਉੱਚੀ ਨਹੀਂ ਕਰਨਾ ਮੀਡੀਅਮ ਆਵਾਜ਼ ਦੇ ਵਿੱਚ ਜਿੰਨਾ ਕੁ ਸਾਨੂੰ ਹੀ ਸਾਡੀ ਆਵਾਜ਼ ਪਿਆਰ ਦੇ ਨਾਲ ਸੁਣਾਈ ਦੇਵੇ ਇੱਕ ਇਹ ਤਰੀਕਾ ਹੋ ਗਿਆ ਦੂਸਰਾ ਤਰੀਕਾ ਅਸੀਂ ਮਾਲਕ ਨੂੰ ਬੇਨਤੀ ਕਰਨੀ ਹੈ ਰਾਤ ਨੂੰ ਸੌਣ ਸਮੇਂ ਅਸੀਂ ਸ਼ਬਦਾਂ ਨੂੰ ਸੁਣਦੇ ਸੁਣਦੇ ਮਾਲਕ ਨੂੰ ਬੇਨਤੀ ਪਾਉਣੀ ਹੈ ਅਰਦਾਸ ਕਰਨੀ ਹੈ ਛੋਟੀ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਜੀ ਸਾਨੂੰ ਸਵੇਰ ਨੂੰ ਉਠਾਲ ਦਿਓ ਅਸੀਂ ਨਾਮ ਜਪਣਾ ਚਾਹੁੰਦੇ ਹਾਂ ਤੁਹਾਡਾ ਸਿਮਰਨ ਕਰਨਾ ਚਾਹੁੰਦੇ ਹਾਂ ਸਵੇਰ ਨੂੰ 2 ਵਜੇ 3 ਵਜੇ 4 ਵਜੇ ਜਿੰਨਾ ਵੀ ਆਪ ਸਮਾਂ ਕਵੋਗੇ ਮਾਲਕ ਇੰਨੇ ਦਿয়ালੂ ਨੇ ਕਿ ਸਾਨੂੰ ਸਵੇਰੇ ਉਹਨੇ ਵਜੇ ਬਿਨਾ అలਾਰਮ ਤੋਂ ਜਾਗ ਆ ਜਾਂਦੀ ਹੈ ਤੇ ਅਜੇਹਾ ਕੋਈ ਵੀ ਹੋਰ ਬਹਿਮ ਨਹੀਂ ਕਰਨਾ ਕਿ ਜੇ ਸਾਡੇ ਕੋਲ ਅੰਮ੍ਰਿਤ ਵੇਲੇ ਨਹੀਂ ਸਿਮਰਨ ਭਗਤੀ ਹੋਈ ਕਿਤੇ ਅਸੀਂ ਦਿਨ ਨੂੰ ਨਹੀਂ ਕਰ ਸਕਦੇ ਦਿਨ ਨੂੰ ਵਾਹਿਗੁਰੂ ਜੀ ਸਾਡੇ ਕੋਲ ਸਮਾਂ ਤਾਂ ਹੁੰਦਾ ਹੈ ਪਰ ਅਸੀਂ ਉਸ ਸਮੇਂ ਵੀ ਆਲਸ ਕਰ ਜਾਂਦੇ ਹਾਂ ਅਸੀਂ ਹਾਲਸ ਨਹੀਂ ਕਰਨਾ ਦਿਨ ਦੇ ਸਮੇਂ ਵੀ ਅਸੀਂ ਸਮਾ ਕਰ ਸਕਦੇ ਹਾਂ ਹਾਂ ਫਰਕ ਇਹ ਹੁੰਦਾ ਹੈ ਕਿ ਸਵੇਰ ਨੂੰ ਸ਼ਾਂਤ ਮੇ ਮਾਹੌਲ ਹੁੰਦਾ ਹੈ ਵਿਚਾਰ ਘਟ ਹੁੰਦੇ ਨੇ ਦਿਨ ਦੇ ਸਮੇਂ ਸਾਨੂੰ ਜੋ ਬਾਹਰੀ ਵਾਤਾਵਰਣ ਹੁੰਦਾ ਹੈ ਉੱਥੋਂ ਕਾਫੀ ਸਾਊਂਡ ਪੋਲੂਸ਼ਨ ਮਿਲਦਾ ਹੈ ਸੋ ਅੰਮ੍ਰਿਤ ਵੇਲੇ ਦਾ ਲਾਹਾ ਤਾਂ ਬਹੁਤ ਹੈ ਪਰ ਜੇ ਨਹੀਂ ਉਠਿਆ ਜਾਂਦਾ ਤਾਂ ਅਸੀਂ ਦੁਖੀ ਨਹੀਂ ਹੋਣਾ ਜਿਵੇਂ ਆਪ ਦੱਸ ਰਹੇ ਹੋ ਕਿ ਆਪ ਦੁਖੀ ਹੁੰਦੇ ਹੋ ਦੁਖੀ ਨਹੀਂ ਹੋਣਾ ਜਦੋਂ ਵੀ ਮਾਲਕ ਦੀ ਭਗਤੀ ਕਰਨੀ ਹੈ ਬੜੇ ਹੀ ਖੁਸ਼ ਹੋ ਕੇ ਕਰਨੀ ਹੈ ਦਿਨ ਦੇ ਸਮੇਂ ਵੀ ਅਸੀਂ ਬੜੇ ਹੀ ਖੁਸ਼ ਰਹਿਣਾ ਹੈ ਕਿਉਂਕਿ ਸਾਨੂੰ ਜਦੋਂ ਨਾਰਾਜ਼ ਕਰਨਾ ਹੈ ਤਾਂ ਇਹਨਾਂ ਪੰਜਾਂ ਨੇ ਚਾਲ ਖੇਡਣੀ ਹੈ ਤੇ ਅਸੀਂ ਉਹਨਾਂ ਦੀ ਚਾਲ ਨੂੰ ਫੇਲ ਕਰ ਦੇਣਾ ਹੈ ਉਹਨਾਂ ਦਾ ਜਾਲ ਕੱਟ ਦੇਣਾ ਹੈ ਕਿਵੇਂ ਕੱਟਣਾ ਹੈ ਵਾਹ ਗਿਰੂ ਵਾਹ ਗਿਰੂ ਜਦੋਂ ਇਹ ਅੰਦਰ ਕੋਈ ਵਿਚਾਰ ਅਜਿਹਾ ਚੱਲਦਾ ਹੈ ਜੋ ਪਰੇਸ਼ਾਨ ਕਰਦਾ ਹੈ ਵਾਹ ਗਿਰੂ ਵਾਹ ਗਿਰੂ ਲੋ ਵਾਹ ਗੁਰੂ ਜੀ ਮਨ ਕਦੀ ਵੀ ਅਫਸਰਟ ਨਹੀਂ ਹੋਵੇਗਾ ਜੇ ਤੁਹਾਨੂੰ ਇਹ ਵਿਚਾਰ ਵਧੀਆ ਲੱਗੇ ਤਾਂ ਅੱਗੇ ਆਪਣੇ ਭੈਣਾਂ ਭਰਾਵਾਂ 'ਚ ਸ਼ੇਅਰ ਕਰਨਾ ਸਾਡੇ ਫੇਸਬੁਕ ਪੇਜ ਨੂੰ ਵੀ ਲਾਈਕ ਜ਼ਰੂਰ ਕਰੋ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਜ਼ਰੂਰ ਲਾਈਕ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ